ਲੋ ਵੀ ਦੋਸਤੋ, ਅਗਰ ਤੁਸੀਂ ਵੀ ਆਪਣੀ ਗੱਡੀ ਨੂੰ ਅੱਗ ਲੱਗਣ ਤੋਂ ਬਚਾਉਣਾ ਤਾਂ ਸਭ ਤੋਂ ਪਹਿਲਾਂ ਪੁਲਿਸ ਅਫਸਰ ਦੀਆਂ ਗੱਲਾਂ ਜ਼ਰੂਰ ਨੋਟ ਕਰ ਲਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਕਮੈਂਟ ਵੀ ਕਰ ਦਿਓ, ਕਿਉਂਕਿ ਕਈ ਵਾਰ ਗੱਡੀ ਦੇ ਵਿੱਚ ਪਏ ਸਮਾਨ ਦੇ ਕਾਰਨ ਵੀ ਅੱਗ ਲੱਗ ਜਾਂਦੀ ਹੈ। ਪੁਲਿਸ ਮੁਲਾਜ਼ਮ ਨੇ ਪੂਰੇ ਪ੍ਰੈਕਟੀਕਲ ਕਰਕੇ ਦੱਸਿਆ ਕਿ ਕਿਵੇਂ ਜਿਹੜਾ ਇਹਨਾਂ ਕਾਰਨ ਅੱਗ ਲੱਗਦੀ ਹੈ। ਇਹ ਵੀਡੀਓ ਬਹੁਤ ਹੀ ਕੰਮ ਆਉਣ ਵਾਲੀ ਹੈ, ਜਿਹਦੇ ਕਾਰਨ ਕਿ ਕਾਫੀ ਲੋਕਾਂ ਦੀਆਂ ਗੱਡੀਆਂ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕਦਾ। ਤਾਂ ਤੁਸੀਂ ਵੀ ਸੁਣੋ ਪੁਲਿਸ ਮੁਲਾਜ਼ਮ ਦੀ ਪੂਰੀ ਵੀਡੀਓ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੰਟ ਸਿੰਘ ਜਟਾਣਾ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸਕੂਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਬਹੁਤ ਵਧੀਆ ਤੁਹਾਨੂੰ ਮੈਂ ਜਾਣਕਾਰੀ ਦੇ ਰਿਹਾ, ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਜਿਹੜੇ ਤੁਹਾਡੇ ਵਹੀਕਲ ਹੈ, ਖਾਸ ਕਰਕੇ ਜਿਹੜੀਆਂ ਕਾਰਾਂ ਤੁਸੀਂ ਜਦੋਂ ਕਿਤੇ ਰੋਕਦੇ ਹੋ, ਕਿਤੇ ਵੀ ਤੁਸੀਂ ਪੈਲਸ ਵਿੱਚ ਚਲੇ ਜਾਂਦੇ ਹੋ ਜਾਂ ਕਿਤੇ ਮਾਰਕੀਟ ਦੇ ਵਿੱਚ ਚਲੇ ਜਾਂਦੇ ਹੋ, ਤਾਂ ਦੋ ਚਾਰ ਚੀਜ਼ਾਂ ਦਾ ਖਿਆਲ ਰੱਖੋ, ਤੁਹਾਡੀ ਗੱਡੀ ਦੇ ਵਿੱਚ ਅੱਗ ਲੱਗਣ ਤੋਂ ਬਚਤ ਹੋ ਜੂਗੀ, ਕਿਸੇ ਪ੍ਰਕਾਰ ਦੀ ਅੱਗ ਨਹੀਂ ਲੱਗਣੀ। ਸਿਰਫ ਥੋੜ੍ਹਾ ਜਿਹਾ ਧਿਆਨ ਦੇਣਾ ਤੁਸੀਂ, ਕੁਛ ਪ੍ਰੋਡਕਟ ਐਸੇ ਹੁੰਦੇ ਜਿਹੜੇ ਆਪਾਂ ਕਾਰਾਂ ਦੇ ਵਿੱਚ ਰੱਖਦੇ ਹਾਂ, ਜਿਵੇਂ ਕਿ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਕਾਰ ਕਾਫੀ ਦੇਰ ਦੀ ਧੁੱਪੇ ਖੜੀ ਹੈ ਔਰ ਇਹਦੇ ਵਿੱਚ ਆਹ ਦੇਖੋ ਤੁਸੀਂ, ਆਹ ਬਹੁਤ ਗਰਮ ਹੋ ਚੁੱਕਿਆ, ਇਹ ਬਹੁਤ ਜ਼ਿਆਦਾ ਹੀਟ ਹੋ ਚਾਹ ਚੁੱਕੀ ਹੈ ਔਰ ਇਹ ਬਲਾਸਟ ਹੋ ਜਾਂਦਾ ਗੱਡੀ ਦੇ ਵਿੱਚ ਪਿਆ ਪਿਆ। ਅਤੇ ਇੱਕ ਜਿਵੇਂ ਆਹ ਰੱਖਿਆ ਹੋਇਆ ਆਹ ਚੀਜ਼ ਹੈ, ਇਹ ਕਦੇ ਵੀ ਐਸੇ ਪ੍ਰੋਡਕਟ ਜਿਹੜੇ ਹੈਗੇ ਆ ਸਾਨੂੰ ਗੱਡੀ ਦੇ ਵਿੱਚ ਨਹੀਂ ਰੱਖਣੇ ਚਾਹੀਦੇ, ਇਹ ਬਲਾਸਟ ਹੋ ਜਾਂਦੇ ਆ। ਔਰ ਕਦੇ ਵੀ ਲਾਈਟਰ ਜਿਹੜਾ ਹੁੰਦਾ, ਆਮ ਲੋਕ ਸਿਗਰਟ ਵਾਲਾ ਜਿਹੜਾ ਲਾਈਟਰ ਜਿਹਨਾਂ ਨਾਲ ਲਾਉਂਦੇ ਆ, ਉਹ ਲਾਈਟਰ ਵੀ ਜਿਹੜਾ ਸਾਨੂੰ ਗੈਸ ਵਾਲਾ ਹੁੰਦਾ ਉਹ ਨਹੀਂ ਰੱਖਣਾ ਚਾਹੀਦਾ, ਵਿੱਚ ਉਹ ਵੀ ਅੱਗ ਲੱਗਣ ਦਾ ਕਾਰਨ ਬਣ ਜਾਂਦਾ। ਇਹ ਸਾਰੇ ਪ੍ਰੋਡਕਟ ਜਿਹੜੇ ਹੁੰਦੇ ਆ ਇਹ ਬਲਾਸਟ ਹੋ ਜਾਂਦੇ ਜਦੋਂ ਇੱਕ ਟੈਂਪਰੇਚਰ ਬਹੁਤ ਜ਼ਿਆਦਾ ਇਹਨਾਂ ਨੂੰ ਮਿਲ ਜਾਂਦਾ, ਤਾਂ ਉਦੋਂ ਗੱਡੀ ਦੇ ਵਿੱਚ ਅੱਗ ਲੱਗਣ ਦਾ ਕਾਰਨ ਬਣਦੇ ਆ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਵੀ ਐਸੇ ਪ੍ਰੋਡਕਟ ਗੱਡੀ ਦੇ ਵਿੱਚ ਖਾਸ ਕਰਕੇ ਗਰਮੀਆਂ ਵਿੱਚ ਨਾ ਰੱਖਿਆ ਕਰੋ, ਮਿਹਰਬਾਨੀ, ਸ਼ੁਕਰੀਆ।